ਕਾਂਗਰਸੀ ਔਰ ਅਕਾਲੀ ਬਿਜਲੀ ਨੂੰ ਲੈ ਕੇ ਬਹੁਤ ਕਾਵਾਂ ਰੌਲੀ ਪਾ ਰਹੇ ਆ। ਅਗਰ ਇਹਨਾਂ ਨੇ ਮਿਲ ਕੇ ਪੰਜਾਬ ਦਾ ਖਜ਼ਾਨਾ ਨਾ ਲੁੱਟਿਆ ਹੁੰਦਾ ਤੇ ਅੱਜ ਪੰਜਾਬ ਦੇ ਹਾਲਾਤ ਹੋਰ ਬਿਹਤਰ ਹੋਣੇ ਸੀ। ਮਾਨ ਸਾਹਿਬ ਦੀ ਸਰਕਾਰ ਕਰਪਸ਼ਨ ਤੇ ਲਗਾਮ ਲਗਾ ਕੇ ਔਰ ਬਹੁਤ ਥੋੜੇ ਦਿਨਾਂ ਚ ਪਿਛਲੇ ਕੁਛ ਦਿਨਾਂ ਚ ਕਰਪਸ਼ਨ ਤੇ ਲਗਾਮ ਲਾ ਕੇ ਪੰਜਾਬ ਦੇ ਖਜ਼ਾਨੇ ਦੀ ਇੱਕ ਇੱਕ ਪਾਈ ਇੱਕ ਇੱਕ ਰੁਪਈਆ ਬਚਾ ਕੇ ਪੰਜਾਬ ਦੇ ਬਹੁਤ ਵੱਡੇ ਵਰਗ ਨੂੰ ਫ੍ਰੀ ਜਿਹੜੀ ਬਿਜਲੀ ਆ ਉਹ ਦੇਣ ਜਾ ਰਹੀ ਆ ਤੇ ਇਹਨਾਂ ਨੂੰ ਇਸ ਤੇ ਵੀ ਢਿੱਡ ਪੀੜ ਹੋ ਰਹੀ ਆ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਜੇ ਅਕਾਲੀ ਔਰ ਕਾਂਗਰਸੀਆਂ ਨੇ ਪਿਛਲੇ ਆਪਣੀਆਂ ਸਰਕਾਰਾਂ ਦੇ ਦੌਰਾਨ ਪੰਜਾਬ ਦਾ ਖਜ਼ਾਨਾ ਨਾ ਲੁੱਟਿਆ ਹੁੰਦਾ ਤੇ ਅੱਜ ਸਾਰੇ ਪੰਜਾਬ ਨੂੰ ਫ੍ਰੀ ਬਿਜਲੀ ਦਿੱਤੀ ਜਾ ਸਕਦੀ ਸੀ, ਲੇਕਿਨ ਇਹਨਾਂ ਦੇ ਮਿਸ ਰੂਲ ਕਰਕੇ ਇਹਨਾਂ ਦੀ ਲੁੱਟ ਸੁੱਟ ਕਰਕੇ ਪੰਜਾਬ ਦੇ ਆਰਥਿਕ ਹਾਲਾਤ ਜਿਹੜੇ ਆ ਉਹ ਕਮਜ਼ੋਰ ਹੋਏ ਆ। ਲੇਕਿਨ ਮਾਨ ਸਾਹਿਬ ਦੀ ਸਰਕਾਰ ਆਉਣ ਵਾਲੇ ਟਾਈਮ ਚ ਆਪਣੀ ਇੱਕ ਇੱਕ ਕਮਿਟਮੈਂਟ ਪੰਜਾਬ ਦੇ ਲੋਕਾਂ ਨਾਲ ਪੂਰੀ ਕਰੂਗੀ ਔਰ ਪੰਜਾਬ ਦੇ ਲੋਕ ਦੇਖ ਰਹੇ ਆ ਕਿ ਕੌਣ ਕੰਮ ਕਰ ਰਿਹਾ ਤੇ ਕੌਣ ਅੜਚਣਾ ਪਾ ਰਿਹਾ ਸਰਕਾਰ ਦੇ ਚੰਗੇ ਕੰਮਾਂ ਚ।